ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ। ਮੈਂ ਸੁਖੀ ਟਿਵਾਣਾ ਟਿਵਾਣਾ ਸੀਡ ਸਟੋਰ ਤੋਂ, ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ। ਤੇ ਕਿਸਾਨ ਵੀਰੋ ਇਹ ਆਪਣਾ ਜਿਹੜਾ ਪੂਸਾ ਬਾਸਮਤੀ 1886 ਵਾਲਾ ਖੇਤ ਹੈ ਇਹ ਆ ਗਿਆ। ਇਹਦੇ ਆਪਾਂ ਪਹਿਲਾਂ ਵੀ ਵੀਡੀਓ ਬਣਾ ਕੇ ਪਾਈ ਸੀਗੀ, ਤੇ ਹੁਣ ਇਹ ਆਪਾਂ ਕਹਿ ਸਕਦੇ ਕਿ ਦੇਖੋ ਅੱਜ ਹੋ ਗਈ 20 ਅਗਸਤ ਹੈ ਨਾ, ਤੇ ਇਹ 26-26 ਇਹਦੀ ਲੱਗੀ ਹੋਈ ਹੈ ਆਪਣੀ ਜੂਨ ਦੀ, ਤੇ ਉਸ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇਹ 55 ਕੁ ਦਿਨ ਦੀ ਆਪਾਂ ਕਹਿ ਸਕਦੇ ਹਾਂ ਕਿ 55 ਕੁ ਦਿਨ ਦੀ ਫਸਲ ਹੋ ਚੁੱਕੀ ਹੈ। ਤੇ ਹੁਣ ਬਹੁਤ ਜ਼ਿਆਦਾ ਵਧੀਆ ਇਹਨੇ ਜਿਹੜਾ ਹੈਗੇ ਹੈ ਟਿੱਲਰਾਂ ਹੈਗੀਆਂ ਦੇਖ ਸਕਦੇ ਆਪਾਂ, ਇਹ ਬਹੁਤ ਜ਼ਿਆਦਾ ਟਿੱਲਰਾਂ ਹੁਣ ਬਣਾ ਲਈਆਂ ਪਿਛਲੀ ਵੀਡੀਓ ਦੇ ਮੁਕਾਬਲੇ, ਅਗਰ ਆਪਾਂ ਦੇਖਾਂਗੇ ਇਹਨੂੰ। ਤੇ ਗਿਣੀਆਂ ਤਾਂ ਖੈਰ ਮੈਂ ਹੈ ਨਹੀਂ ਹੈ ਕਿਉਂਕਿ ਗਿਣਨ ਦਾ ਕੋਈ ਇਵੇਂ ਫਾਇਦਾ ਨਹੀਂ, ਠੀਕ ਹੈ। ਵੈਸੇ ਦੇਖ ਲਓ ਤੁਸੀਂ ਕਿ ਕਿੰਨੀ ਕੁ ਟਿੱਲਰ ਲੱਗ ਰਹੀ ਹੈ ਤੁਹਾਨੂੰ, ਕਿੰਨਾ ਕਿਹਦਾ ਉਹ ਲੱਗ ਰਿਹਾ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਫਸਲ ਜਿਹੜੀ ਹੈਗੀ ਬਿਲਕੁਲ ਓਕੇ ਖੜੀ ਹੈ, ਕਿਸਾਰ ਖੜੀ ਹੈ, ਕਿਸੇ ਕਿਸਮ ਦਾ ਇਹਨੂੰ ਹਜੇ ਕੋਈ ਰੋਗ ਨਹੀਂ ਹੈਗਾ, ਜਿਹੜਾ ਆਪਾਂ ਕਹਿੰਦੇ ਕਿ ਉੱਲੀ ਰੋਗ ਵਗੈਰਾ ਪੈਂਦੇ ਨੇ ਇਹਨੂੰ ਜ਼ਿਆਦਾ, ਨਾ ਕੋਈ ਇਹਨੇ ਵਿੱਚ ਝੰਡਾ ਕੱਢਿਆ, ਠੀਕ ਹੈ, ਅਤੇ ਨਾ ਹੀ ਇਹਦੇ ਵਿੱਚ ਕੋਈ ਸ਼ੀਟ ਬਲਾਈਟ ਵਗੈਰਾ ਦਾ ਜੀ ਅਟੈਕ ਆਇਆ, ਕਿਉਂਕਿ ਆਪਾਂ ਇਹਨੂੰ ਸਪਰੇਅ ਕਰਤਾ, ਇਹ ਕਰਿਆ ਅਸੀਂ ਨੇ 2 ਕੁ ਦਿਨ ਹੀ ਹੋਏ ਨੇ ਜੀ, ਠੀਕ ਹੈ, ਇਹਨੂੰ ਸਪਰੇਅ ਕਰਤਾ। ਅਤੇ ਕਈ ਵੀਰ ਕਹਿੰਦਾ ਕਿ ਕਿਹੜਾ ਕਰਦੇ ਹੋ ਤੁਸੀਂ ਦੱਸਦੇ ਨਹੀਂ ਹੈਗੇ, ਮੈਂ ਸਾਰੀਆਂ ਵੀਡੀਓ ਬਣਾ ਕੇ ਦੱਸੀਆਂ ਹੋਈਆਂ ਨੇ ਕਿ ਅਸੀਂ ਕਿਹੜੇ ਕਰਦੇ ਹਾਂ, ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਕਰ ਸਕਦੇ ਹੋ ਕਿ ਤੁਹਾਡੀ ਕੀ ਰਿਕੁਆਇਰਮੈਂਟ ਹੈ। ਸਾਡੀ ਰਿਕੁਆਇਰਮੈਂਟ ਕੁਛ ਅਲੱਗ ਤਰ੍ਹਾਂ ਦੀ ਹੈ ਕਿਉਂਕਿ ਆਪਣਾ ਸੀਡ ਦਾ ਕੰਮ ਹੈਗਾ, ਅਸੀਂ ਕੋਈ ਰਿਸਕ ਲੈਣਾ ਨਹੀਂ ਹੁੰਦਾ, ਅਤੇ ਅਸੀਂ ਤਾਂ ਸਾਰੇ ਸਪਰੇਅ ਕਰਦੇ ਵੀ ਐਡਵਾਂਸ ਦੇ ਵਿੱਚ ਹਾਂ ਅਤੇ ਕਰਦੇ ਵੀ ਟੌਪ ਕਲਾਸ ਹੀ ਹਾਂ ਬਾਈ ਜੀ। ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣਾ ਚੂਜ ਕਰ ਸਕਦੇ ਹੋ, ਮੈਂ ਉਹ ਸਾਰੇ ਦੱਸੇ ਹੋਏ ਨੇ ਕਿ ਕਿਹੜਾ ਟੈਕਨੀਕਲ ਕਿੰਨਾ ਟਾਈਮ ਅਸਰ ਰੱਖਦਾ, ਅਤੇ ਕੀ ਉਹਦੀ ਡੋਜ ਪਾਉਣੀ ਚਾਹੀਦੀ ਹੈ, ਠੀਕ ਹੈ। ਅਤੇ ਜਿਹੜੇ ਜਿਹੜੇ ਅਸੀਂ ਯੂਜ਼ ਕਰ ਰਹੇ ਹਾਂ ਉਹਨਾਂ ਦਾ ਤਾਂ ਮੈਂ ਪ੍ਰੋਪਰ ਦੱਸ ਦਿੰਦਾ ਹੁੰਦਾ ਕਿ ਅਸੀਂ ਇਹਦੀ ਇੰਨੀ ਡੋਜ਼ ਪਾਉਣੇ ਆ, ਠੀਕ ਹੈ। ਅਤੇ ਬਾਕੀ ਤੁਸੀਂ ਜਿਹੜੇ ਡੀਲਰ ਹੈਗੇ, ਜਿਹੜੇ ਦਵਾਈਆਂ ਜਿਹਨਾਂ ਤੋਂ ਲੈ ਕੇ ਆਉਂਦੇ ਹੋ, ਉਹਨਾਂ ਨਾਲ ਤੁਹਾਨੂੰ ਵਿਚਾਰ ਵਟਾਂਦਰਾ ਸ਼ੁਰੂ ਦੇ ਵਿੱਚ ਸਾਰਾ ਕਰਕੇ, ਜਦੋਂ ਦਵਾਈ ਲੈਂਦੇ ਹੋ ਉਹਦੇ ਸਾਰੇ ਪ੍ਰੀਕੋਸ਼ਨਸ ਜਾਣ ਕੇ, ਉਸ ਤੋਂ ਬਾਅਦ ਉਦੋਂ ਦਵਾਈ ਵਗੈਰਾ ਜਿਹੜੀ ਹੈਗੀ ਉਹ ਲੈਣੀ ਚਾਹੀਦੀ ਹੈ। ਕਿ ਮੋਡ ਆਫ ਐਕਸ਼ਨ ਦਵਾਈ ਦਾ ਜਿਹੜਾ ਹੈਗਾ ਦੇਖੋ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ, ਕਿ ਜਿਵੇਂ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਅਗਰ ਅਸੀਂ ਕੋਈ ਇੱਦਾਂ ਦੀ ਦਵਾਈ ਜਿਹੜੀ ਹੈਗੀ ਹੈ ਜਿਹਦਾ ਟੈਕਨੀਕਲ ਜਿਹੜਾ ਇੱਦਾਂ ਦਾ ਕਿ ਉਹ ਪ੍ਰੀਵੈਂਟਿਵ ਤੌਰ 'ਤੇ ਕੰਮ ਨਹੀਂ ਕਰ ਸਕਦਾ, ਪ੍ਰੋਟੈਕਸ਼ਨ ਸਾਨੂੰ ਨਹੀਂ ਦੇ ਸਕਦਾ, ਤਾਂ ਉਹਨੂੰ ਬਿਨਾਂ ਬਿਮਾਰੀ ਆਏ ਖੇਤ ਦੇ ਵਿੱਚ ਅਗਰ ਸਪਰੇਅ ਆਪਾਂ ਕਰ ਦਿੰਦੇ ਹਾਂ ਤਾਂ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਉਹਦਾ ਮੋਡ ਆਫ ਐਕਸ਼ਨ ਹੈ ਹੀ ਨਹੀਂ, ਉਹਦਾ ਕੰਮ ਉਹ ਹੈ ਹੀ ਨਹੀਂ। ਜੇ ਤੁਸੀਂ ਇਸ ਤਰ੍ਹਾਂ ਦੀ ਪਲੈਨਿੰਗ ਕੀਤੀ ਹੋਈ ਹੈ ਕਿ ਜਦੋਂ ਬਿਮਾਰੀ ਆਊਗੀ ਖੇਤ 'ਚ ਤਾਂ ਅਸੀਂ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰ ਲਵਾਂਗੇ, ਜਾਂ ਤੁਸੀਂ ਕਰਦੇ ਰਹੇ ਹੋ ਤਾਂ ਤੁਸੀਂ ਉਦੋਂ ਉਹ ਟੈਕਨੀਕਲਸ ਵਰਤ ਸਕਦੇ ਹੋ, ਠੀਕ ਹੈ। ਅਤੇ ਜਿਹੜੇ ਟੈਕਨੀਕਲ ਦੇ ਦੇਖੋ ਇਹ ਮਹਿੰਗੇ ਪੈਣਗੇ ਜ਼ਰੂਰ, ਜਿਹੜੇ ਆਪਾਂ ਨੂੰ ਪ੍ਰੋਟੈਕਸ਼ਨ ਦੇਣਗੇ ਦੇਖੋ, ਅਤੇ ਉਹ ਹਰੇਕ ਬੰਦੇ ਦਾ ਜਿਵੇਂ ਮੈਂ ਦੱਸੀ ਜਾਂਦਾ ਕਿ ਉਹਦਾ ਪਰਪਸ ਕੀ ਹੈਗਾ ਉਹ 'ਤੇ ਡਿਪੈਂਡ ਕਰਦਾ ਸਾਰਾ, ਕਿ ਉਹਨੇ ਮੰਡੀ 'ਚ ਵੇਚਣੀ ਹੈ ਜਾਂ ਉਹਨੇ ਕੋਈ ਸੀਡ ਦਾ ਕੰਮ ਕਰ ਰਿਹਾ ਬੰਦਾ। ਅਤੇ ਬਾਸਮਤੀ 'ਤੇ ਖਾਸ ਕਰਕੇ ਆਪਾਂ ਨੂੰ ਥੋੜ੍ਹੀ ਜਿਹੀ ਕੁਆਲਿਟੀ ਦਾ ਧਿਆਨ ਰੱਖਣਾ ਚਾਹੀਦਾ ਦੇਖੋ, ਕਿਉਂਕਿ ਇਹ ਜਿਹੜਾ ਜੀ ਆਪਣੀ ਕੁਆਲਿਟੀ ਹੋਊਗੀ ਅਨਾਜ ਦੀ ਜਦੋਂ ਆਪਾਂ ਵੇਚਾਂਗੇ ਮੰਡੀ 'ਚ, ਤਾਂ ਉਸ ਹਿਸਾਬ ਦੇ ਨਾਲ ਸਾਨੂੰ ਜਿਹੜਾ ਹੈਗਾ ਉੱਥੋਂ ਰੇਟ ਮਿਲਣਾ ਹੈ। ਜਿਹੜੀਆਂ ਸਰਕਾਰੀ ਰੇਟ ਵਾਲੀਆਂ ਵਰਾਇਟੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਚਾਹੇ ਤੁਸੀਂ ਜਿੰਨੇ ਮਰਜ਼ੀ ਮਹਿੰਗੇ ਪਾ ਲਓ, ਠੀਕ ਹੈ, ਵੀ ਕੁਆਲਿਟੀ ਬਣਾਉਣ ਦੀ ਚੱਕਰ ਦੇ ਵਿੱਚ ਗੱਲ ਕਰ ਰਹੇ ਹਾਂ, ਜਿਹੜੇ ਨਿਸਾਰੇ ਵਾਲੇ ਸਪਰੇਅ ਨੇ ਜਿਹੜੇ ਆਪਾਂ ਦੱਸੇ ਹੋਏ ਨੇ, ਕਿ ਉਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਨਹੀਂ ਹੁੰਦਾ ਹੈਗਾ ਵੀ ਆਪਾਂ ਬੇਲੋੜਾ ਅਗਰ ਪੈਸਾ ਖਰਚਾਂਗੇ, ਕਿਉਂਕਿ ਉਹਦਾ ਸਰਕਾਰੀ ਰੇਟ 'ਚ ਹੀ ਜਾਣੀ ਹੈ ਤੁਹਾਡੀ। ਪਰ ਠੀਕ ਹੈ ਕਿ ਆਪਾਂ ਆਪਣੀ ਜਿਹੜੀ ਫਸਲ ਹੈਗੀ ਹੈ ਉਹਨੂੰ ਅਸੀਂ ਰੋਗ ਤੋਂ ਮੁਕਤ ਜ਼ਰੂਰ ਰੱਖਣਾ ਹੈ, ਆਪਾਂ ਇਹ ਵੀ ਨਹੀਂ ਕਰਨਾ ਹੈਗਾ ਕਿ ਚਲੋ ਸਰਕਾਰੀ ਰੇਟ 'ਤੇ ਜਾਊਗੀ ਆਪਾਂ ਇਹਦਾ ਕੋਈ ਕੇਅਰ ਹੀ ਨਾ ਕਰੀਏ, ਹੈ ਨਾ। ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਪਾਂ ਨੂੰ ਸਾਰੇ ਬੰਦੇ ਨੂੰ ਆਪ ਹੀ ਪਤਾ ਹੋਣੇ ਚਾਹੀਦੇ ਨੇ ਕਿ ਸਾਡੀ ਰਿਕੁਆਇਰਮੈਂਟ ਦੇ ਅਨੁਸਾਰ ਸਾਨੂੰ ਕਿਹੜੇ ਟੈਕਨੀਕਲ ਕਦੋਂ ਵਰਤਣੇ ਨੇ, ਅਤੇ ਉਹਦੇ ਨਾਲ ਆਪਣਾ ਫਾਇਦਾ ਕੁਛ ਹੋ ਸਕਦਾ। ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ, ਜਿਹੜੀ 1401 ਹੈ ਉਹਦੀ ਥੋੜ੍ਹੀ ਫੁਟੇਜ ਦੇਖਦੇ ਹਾਂ ਕਿ ਉਹ ਕਿੱਦਾਂ ਦੀ ਖੜੀ ਹੈ ਫਸਲ ਨਾ। ਹਾਂਜੀ, ਇਹ ਆਪਣੀ ਆ ਗਈ ਪੂਸਾ ਬਾਸਮਤੀ 1401 ਹੈ ਨਾ, ਜਿਹੜੀ ਪਹਿਲਾਂ ਵਰਾਇਟੀ ਆਉਂਦੀ ਹੈ, ਤਾਂ ਇਹ ਵੀ ਠੀਕ ਖੜੀ ਹੈ ਵਰਾਇਟੀ ਦਾ ਦੇਖ ਸਕਦੇ ਆਪਾਂ। ਅਤੇ ਇਹਦੀ ਆਪਾਂ ਇੱਥੇ ਬੈਠ ਕੇ ਹੀ ਬਣਾ ਲੈਂਦੇ ਹਾਂ ਕਿਉਂਕਿ ਵਿੱਚ ਫਿਰਨ ਤੁਰਨ ਦੀ ਜ਼ਰੂਰਤ ਲੱਗਦੀ ਨਹੀਂ ਅਜੇ। ਅਤੇ ਅਜੇ ਇਹ ਵੀ ਕੋਈ ਗੋਹ ਵਗੈਰਾ ਦੇ ਵਿੱਚ ਇਹ ਵੀ ਨਹੀਂ ਆਈ, ਉਹ ਵੀ ਨਹੀਂ ਆਈ, ਹੈ ਨਾ, ਕਿਉਂਕਿ ਇਹ ਤਾਂ ਲੰਮੇ ਟਾਈਮ ਦੀ ਵਰਾਇਟੀ ਆਪਾਂ ਨੂੰ ਪਤਾ ਹੀ ਹੈ ਪਹਿਲਾਂ ਹੀ ਹੈ। ਅਤੇ ਬਾਕੀ ਇਹਦੇ ਵਿੱਚ ਆਪਾਂ ਦੋਨੋਂ ਵਰਾਇਟੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਦਾ ਕੋਈ ਖਾਸ ਫਰਕ ਨਹੀਂ ਹੈਗਾ ਜਦੋਂ ਆਪਾਂ ਨੇ ਪਨੀਰੀ ਬੀਜੀ ਹੈ ਅਤੇ ਅੱਗੇ ਝੋਨਾ ਲਾਇਆ, ਤਾਂ ਇਸ ਕਰਕੇ ਆਪਾਂ ਨੂੰ ਇਹਦੇ ਬਾਰੇ ਸਾਰਾ ਪਤਾ ਲੱਗ ਜੂਗਾ ਕਿ ਕਿਹੜੀ ਪਹਿਲਾਂ ਨਿਸਾਰਾ ਲੈਂਦੀ ਹੈ, ਕਿਹੜੀ ਬਾਅਦ 'ਚ ਨਿਸਾਰਾ ਲੈਂਦੀ ਹੈ, ਅਤੇ ਉਸ ਤੋਂ ਬਾਅਦ ਨਿਸਰਨ ਤੋਂ ਬਾਅਦ ਪੱਕਣ ਤੱਕ ਕਿਹੜੀ ਟਾਈਮ ਜ਼ਿਆਦਾ ਲੈਂਦੀ ਹੈ, ਕਿਹੜੀ ਟਾਈਮ ਘੱਟ ਲੈਂਦੀ ਹੈ, ਹੈ ਨਾ। ਇਹ ਸਾਰੇ ਦਾ ਸਾਰਾ ਕੰਪੈਰੀਜ਼ਨ ਆਪਾਂ ਇਸ ਵਾਰ ਵੀ ਕਰ ਲਵਾਂਗੇ ਇਹਨਾਂ ਦਾ। ਅਤੇ ਫਿਲਹਾਲ ਦੇਖ ਸਕਦੇ ਹਾਂ ਕਿ ਕੋਈ ਦਿੱਕਤ ਨਹੀਂ ਹੈਗੀ ਨਾ 1401 ਨੂੰ ਅਤੇ ਨਾ ਹੀ ਆਪਣੀ 1886 ਜਿਹੜੀ ਹੈਗੀ ਉਹਨੂੰ। ਅਤੇ ਉਹ ਮੈਂ ਤੁਹਾਨੂੰ ਇਹਦੇ ਵਿੱਚ ਵੀ 1401 ਦੇ ਵਿੱਚ ਵੀ ਇੱਕ ਝੰਡਾ ਦਿਖਾਇਆ ਸੀ ਸੁੱਕਿਆ ਹੋਇਆ, ਅਤੇ ਉਹੀ ਝੰਡਾ ਸੀਗਾ ਬਸ।
ਤੇ ਹੋਰ ਕੋਈ ਮੈਨੂੰ ਦਿਖਾ ਨਹੀਂ ਇਹ ਚ। ਹੁਣ ਵੀ ਦੇਖ ਸਕਦੇ ਆਪਾਂ, ਹੁਣ ਤਾਂ ਉਹ ਬਿਲਕੁਲ ਹੀ ਸੁੱਕ ਚੁੱਕਿਆ ਹੋਊਗਾ ਮੈਨੂੰ ਲੱਗਦਾ, ਦਿਖਾਈ ਵੀ ਨਹੀਂ ਦੇਣਾ ਕਿ ਕਿੱਥੇ ਸੀਗਾ ਉਹ, ਵਿੱਚ ਜਾ ਕੇ ਧਿਆਨ ਨਾਲ ਹੀ ਦੇਖਣਾ ਪਊਗਾ। ਅਤੇ ਉਸ ਤੋਂ ਬਾਅਦ ਇਹਨੂੰ ਵੀ ਕੋਈ ਝੰਡਾ ਨਹੀਂ ਆਇਆ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਤਾਂ ਸ਼ੁਰੂ ਦੇ ਵਿੱਚ ਜਦੋਂ ਇਹ ਆਪਣੀ 10 ਤੋਂ 15 ਦਿਨਾਂ ਦੀ ਝੋਨਾ ਸੀਗਾ, 1886 ਵੀ ਅਤੇ ਇਹ ਵੀ ਬਾਕੀ ਜਿੰਨੀਆਂ ਵੀ ਬਾਸਮਤੀ ਸੀ ਉਹਨਾਂ ਦੇ ਵਿੱਚ ਆਪਾਂ ਉਦੋਂ ਪਾਤਾ ਸੀਗਾ 2 ਕਿਲੋ ਸੰਜੀਵਨੀ ਵਾਲਾ ਜਿਹੜਾ ਟੈਕਨੀਕਲ ਹੈਗਾ, ਅਸੀਂ ਬਾਈ ਨੇਮ ਸੰਜੀਵਨੀ ਵਰਤਦੇ ਹਾਂ ਬਾਈ ਜੀ, ਟ੍ਰਾਈਕੋਡਰਮਾ ਇਹਦੇ 'ਚ ਵੈਸੇ ਹੁੰਦਾ, ਠੀਕ ਹੈ। ਅਤੇ ਕਿਸਾਨ ਉਹਨੂੰ ਦੇਖੋ ਕਿਲੋ ਕਿਲੋ ਵੀ ਕਰਕੇ ਵਰਤ ਸਕਦਾ, ਉਹਨੂੰ ਵਧੀਆ ਰਿਜ਼ਲਟ ਮਿਲਦਾ, ਪਰ ਆਪਾਂ ਜਿਵੇਂ ਤੁਹਾਨੂੰ ਦੱਸਿਆ ਕਿ ਬੀਜ ਦਾ ਕੰਮ ਹੋਣ ਕਰਕੇ ਅਸੀਂ ਰਿਸਕ ਨਹੀਂ ਲੈ ਸਕਦੇ। ਅਤੇ ਅਸੀਂ ਉਦੋਂ ਵੀ 2 ਕਿਲੋ ਡੋਜ਼ ਰੱਖੀ ਸੀ ਉਹਦੀ, ਅਤੇ ਪਲੱਸ ਆਪਾਂ ਉਹਨੂੰ ਮਲਟੀਪਲਾਈ ਕਰਕੇ ਹੀ ਪਾਇਆ ਸੀ। ਅਤੇ ਇੱਕ ਹੁਣ ਪਿਛਲੇ ਹਫ਼ਤੇ ਜਦੋਂ ਉਹਨੂੰ ਪਾਏ ਨੂੰ ਹੋ ਗਏ ਸੀਗੇ 25 ਕੁ ਦਿਨ, ਕਿਉਂਕਿ ਅਸੀਂ ਮੰਨਦੇ ਕਿ ਉਹ 25 ਕੁ ਦਿਨ ਦੀ ਪ੍ਰੋਟੈਕਸ਼ਨ ਵਧੀਆ ਦੇ ਦਿੰਦਾ। ਅਤੇ ਹੁਣ ਅਸੀਂ 1 ਕਿਲੋ ਫਸਲ ਰਕਸ਼ਕ ਅਤੇ 1 ਕਿਲੋ ਸੰਜੀਵਨੀ ਉਹਨੂੰ ਫਿਰ ਤੋਂ ਦੁਬਾਰਾ ਮਲਟੀਪਲਾਈ ਕਰਕੇ ਇਹਦੇ ਵਿੱਚ ਪਾ ਚੁੱਕੇ ਹਾਂ, ਠੀਕ ਹੈ। ਅਤੇ ਉਹਦੇ ਨਾਲ ਸਾਨੂੰ ਪ੍ਰੋਟੈਕਸ਼ਨ ਹੁਣ ਜਿਹੜੀ ਹੈਗੀ ਹੈ 20-25 ਦਿਨਾਂ ਦੀ ਹੋਰ ਮਿਲੂਗੀ ਜੀ। ਅਤੇ ਸਪਰੇਅ ਵਗੈਰਾ ਜਿਹੜੇ ਹੈਗੇ ਆ, ਪਹਿਲਾ ਸਪਰੇਅ ਜਿਹੜਾ ਇਹਦੇ 'ਤੇ ਵੀ ਹੋ ਗਿਆ, ਕੱਲ੍ਹ ਪਰਸੋਂ ਹੀ ਕੀਤੇ ਸਾਰਾ। ਅਤੇ ਹੁਣ ਸਾਨੂੰ ਉਹਦਾ 25 ਤੋਂ 30 ਦਿਨ ਦਾ ਰਿਜ਼ਲਟ ਮਿਲੂਗਾ, ਕਿਉਂਕਿ ਅਸੀਂ ਹਰ ਸਾਲ ਕਰਦੇ ਹਾਂ ਫੰਗਸ ਤੋਂ ਵੀ ਅਤੇ ਸੁੰਡੀ ਤੋਂ ਵੀ। ਅਤੇ ਮੈਂ ਦੱਸ ਦਿੰਦਾ ਇੱਕ ਵਾਰੀ, ਤੁਸੀਂ ਪਾਉਣਾ ਨਾ ਪਾਉਣਾ ਤੁਹਾਡੀ ਮਰਜ਼ੀ ਹੈ। ਅਸੀਂ ਨੇ ਜਿਹੜਾ ਇਹਦੇ ਵਿੱਚ ਹੁਣ ਇਸ ਟਾਈਮ 'ਤੇ ਪਾਇਆ, ਤਾਂ ਇੱਕ ਕੁਛ ਕੁ ਖੇਤਾਂ ਦੇ ਵਿੱਚ ਅਸੀਂ ਨੇ ਬਾਸਮਤਾ ਜਿਹੜਾ ਆਇਆ ਮੈਰਵਿਨ ਜਿਹੜਾ ਆਇਆ ਮੈਰਵਿਨ ਪਾਇਆ, ਕਿ ਕਿਤੇ ਅਸੀਂ ਪ੍ਰੈਕਸਰ ਪਾਇਆ, ਅਤੇ ਕਿਤੇ ਕਿਤੇ ਅਸੀਂ ਨੇ ਐਮਿਸਟਰਾ ਟੋਪ ਵੀ ਪਾਤਾ, ਕਿਉਂਕਿ ਇੱਕ ਸਪਰੇਅ ਹੋਊਗਾ ਇੱਕ ਹੋਰ ਹੋਊਗਾ, ਅਤੇ ਬੀਜ ਦੇ ਕਰਕੇ ਅਸੀਂ ਇੱਕ ਹੋਰ ਅੱਗੇ ਕਰਾਂਗੇ, ਤਾਂ 3 ਅਸੀਂ ਟੋਪ ਦੇ ਫੰਗੀ ਸਾਈਡ ਸਾਰੇ ਝੋਨੇ ਨੂੰ ਕਰਦੇ ਹਾਂ। ਅਤੇ ਉਹ ਪਰ ਤੁਸੀਂ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਨਾ ਕਰੋ ਕਿ ਵੀ ਅਸੀਂ ਵੀ ਉਨਾ ਹੀ ਕਰੀਏ, ਤੁਹਾਨੂੰ ਉਹਦਾ ਉਨਾ ਜ਼ਿਆਦਾ ਫਾਇਦਾ ਨਹੀਂ ਹੋਊਗਾ। ਸਾਡਾ ਪਰਸਪੈਕਟਿਵ ਅਲੱਗ ਹੈਗਾ, ਸਾਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜ਼ਰੂਰਤ ਹੈਗੀ ਜਿਹੜੀ, ਹੈ ਨਾ, ਉਹ ਸਾਡੀ ਅਲੱਗ ਹੈ। ਤੁਹਾਡੀ ਆਪਣੇ ਹਿਸਾਬ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤੁਸੀਂ ਇਹ ਕੰਮ ਕਰਨਾ। ਕਿਸੇ ਦੇ ਮਗਰ ਬਿਲਕੁਲ ਵੀ ਨਾ ਲੱਗੋ ਵੀ ਜੀ, ਨਾ ਮੇਰੇ ਮਗਰ ਲੱਗੋ ਨਾ ਕਿਸੇ ਹੋਰ ਦੇ, ਆਪਣੇ ਖੇਤਾਂ ਬਾਰੇ ਆਪਣੀ ਫਸਲ ਬਾਰੇ ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ। ਅਤੇ ਇੱਕ ਆਹ ਹੁਣ ਦੇਖ ਸਕਦੇ ਹਾਂ ਆਪਾਂ, ਇਹ ਜਿਹੜੇ ਪੱਤੇ ਹੈਗੇ ਨਾ, ਇਹ ਉੱਪਰੋਂ ਟਿਪਸ ਜਿਹੜੀਆਂ ਹੈਗੀਆਂ ਨੇ, ਇਹਨਾਂ ਦੀਆਂ ਪੀਲੀਆਂ ਹੋਣ ਲੱਗੀਆਂ, ਹੈ ਨਾ। ਤਾਂ ਇਹ ਜਿਵੇਂ ਕਿ ਆਪਾਂ ਨੂੰ ਪਤਾ ਕਿ ਮੌਸਮ ਦੇ ਵਿੱਚ ਜਿਹੜੀ ਅਚਾਨਕ ਤਬਦੀਲੀ ਆਈ ਹੈ ਉਹਦੇ ਕਰਕੇ ਹੋ ਰਿਹਾ। ਅਤੇ ਕਿਸੇ ਕਿਸੇ ਖੇਤਾਂ ਦੇ ਵਿੱਚ ਜਿਵੇਂ ਮੈਂ ਹੁਣ ਡੇਲੀ ਖੇਤਾਂ ਦੇ ਵਿੱਚ ਹੀ ਰਹਿਣਾ, ਅਤੇ ਉੱਥੇ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਇੱਦਾਂ ਦੇ ਪੱਤੇ ਹੋ ਰਹੇ ਨੇ। ਤਾਂ ਜਦੋਂ ਆਪਾਂ ਉੱਥੇ ਕਿਸਾਨ ਵੀਰ ਜਿਹੜੇ ਹੁੰਦੇ ਨੇ, ਜਿਨ੍ਹਾਂ ਦਾ ਖੇਤ ਹੁੰਦਾ ਹੈ, ਉਹਨਾਂ ਦੇ ਨਾਲ ਆਪਾਂ ਜਦੋਂ ਗੱਲ ਕਰਦੇ ਹਾਂ, ਤਾਂ ਕਈ ਬੰਦਿਆਂ ਨੇ ਇਹ ਵੀ ਕਿਹਾ ਕਿ ਸਾਡੇ ਤੋਂ ਸੋਕਾ ਲੱਗ ਗਿਆ ਫਸਲ ਨੂੰ। ਉਹ ਸੋਕੇ ਵਾਲਾ ਜਿਹੜਾ ਖੇਤ ਹੈਗਾ, ਉਹ ਕਾਫੀ ਜ਼ਿਆਦਾ ਪੱਤੇ ਜਿਹੜੇ ਹੈਗੇ 3-3 ਇੰਚ ਤੱਕ ਉਹਦੇ ਖਰਾਬ ਹੋ ਗਏ ਸੀਗੇ। ਅਤੇ ਇਹ ਕੋਈ ਵੀ ਰੀਜ਼ਨ ਰਹਿ ਸਕਦਾ ਹੁੰਦਾ। ਦੇਖੋ ਆਪਾਂ ਨੇ ਪਹਿਲੇ ਝੂਟੇ ਹੀ ਨਹੀਂ ਦੇਖਣਾ ਹੁੰਦਾ ਕਿ ਇਹ ਤਾਂ ਕੋਈ ਝੁਲਸ ਰੋਗ ਆ ਗਿਆ ਜਾਂ ਕੁਛ ਆ ਗਿਆ, ਇਹ ਤੁਸੀਂ ਦੇਖ ਸਕਦੇ ਹੋ ਪੱਤੇ, ਹੈ ਨਾ। ਤਾਂ ਇਹ ਮੌਸਮ ਕਰਕੇ ਨੇ, ਜਾਂ ਕਿਸੇ ਦਾ ਮੈਂ ਤੁਹਾਨੂੰ ਦੱਸਿਆ ਕਿ ਸੋਕਾ ਲੱਗ ਗਿਆ ਉਹਦੇ ਕਰਕੇ ਹੋ ਗਈ, ਜਾਂ ਕਿਸੇ ਨੇ ਗੰਨ ਜਿਹੜੀ ਹੈਗੀ ਸਪਰੇਅ ਕਰਦੇ ਹੋਏ ਪੱਤਿਆਂ ਵੱਲ ਨੂੰ ਕਰਕੇ ਮਾਰਤੀ ਉਹਦੇ ਕਰਕੇ ਹੋ ਸਕਦੇ ਨੇ, ਜਾਂ ਕੋਈ ਸਪਰੇਅ ਕੀਤਾ ਕਿਸੇ ਬੰਦੇ ਨੇ, ਕੋਈ ਵੀ ਸਪਰੇਅ ਹੋ ਸਕਦਾ ਉਹ, ਕਿ ਜੜ੍ਹਾਂ ਉਹਦੀਆਂ ਸੁੱਕੀਆਂ ਸੀਗੀਆਂ ਮੰਨ ਲਓ ਫਸਲ ਦੀਆਂ, ਹੈ ਨਾ। ਅਤੇ ਉਹਨਾਂ ਨੇ ਇਹ 12 ਜਾਂ 24 ਘੰਟਿਆਂ ਦੇ ਬਾਅਦ ਉਹਨੂੰ ਪਾਣੀ ਨਹੀਂ ਦੇ ਪਾਏ, ਉਹਦੇ ਨਾਲ ਵੀ ਪੱਤੇ ਉੱਤੋਂ ਸੜ ਸਕਦੇ ਨੇ। ਤਾਂ ਇਹ ਬਹੁਤ ਸਾਰੇ ਕਾਰਨ ਰਹਿ ਸਕਦੇ ਹੁੰਦੇ ਨੇ। ਅਤੇ ਜਿਹੜਾ ਬੰਦਾ ਖੇਤ 'ਚ ਪ੍ਰੈਕਟਿਸ ਕਰ ਰਿਹਾ ਹੈ ਉਹਨੂੰ ਵੀ ਪਤਾ ਹੁੰਦਾ ਕਿ ਇਹਦਾ ਕੀ ਕਾਰਨ ਹੈਗਾ। ਕਈ ਵੀਰ ਇਕੱਲੀਆਂ ਫੋਟੋਆਂ ਪਾ ਕੇ ਪੁੱਛਣ ਲੱਗ ਜਾਂਦੇ ਨੇ ਵੀ ਇਹਦਾ ਕੀ ਕਾਰਨ ਹੋ ਸਕਦਾ, ਹੈ ਨਾ। ਅਤੇ ਸੋਸ਼ਲ ਮੀਡੀਆ ਦੇ ਆਪਾਂ ਵੈਸੇ ਵੀ ਦੇਖਦਾ ਕਿ ਕਮੈਂਟਾਂ ਦੇ ਵਿੱਚ ਫਿਰ ਲੋਕ ਬਿਨਾਂ ਪੁੱਛੀ ਕਿ ਤੁਸੀਂ ਕੀ ਕੀਤਾ ਹੈਗਾ ਸੀ, ਮਤਲਬ ਕਿ ਹੁਣ ਲੇਟੈਸਟ ਕੀ ਪ੍ਰੈਕਟਿਸ ਖੇਤ ਦੇ ਵਿੱਚ ਕੀਤੀ ਸੀ, ਤਾਂ ਜੋ ਕੋਈ ਆਈਡੀਆ ਲੱਗ ਸਕੇ ਕਿ ਕੀ ਕਾਰਨ, ਹੈ ਨਾ। ਉਹ ਚੀਜ਼ ਪੁੱਛਣ ਤੋਂ ਬਿਨਾਂ ਹੀ ਆਪਣੇ ਵੱਲੋਂ ਸਲਾਹ ਦੇਣ ਲੱਗ ਜਾਂਦੇ ਆ, ਕੋਈ ਕਹਿੰਦਾ ਆਹ ਪਾ ਦਿਉ ਜੀ, ਕੋਈ ਕਹਿੰਦਾ ਉਹ ਪਾ ਦਿਉ, ਹੈ ਨਾ। ਤਾਂ ਇਹਨਾਂ ਕੰਮਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ। ਕਈ ਵਾਰੀ ਹੋ ਸਕਦਾ ਸਾਨੂੰ ਮਾਮਲੇ ਦੀ ਜਾਣਕਾਰੀ ਨਹੀਂ ਹੈਗੀ ਵੀ ਕੀ ਹੋਇਆ ਹੋਊਗਾ, ਅਤੇ ਅਸੀਂ ਕੋਈ ਗਲਤ ਸਲਾਹ ਦੇ ਦਈਏ, ਨਾਲੇ ਅਗਲਾ ਆਪਣਾ ਖਰਚਾ ਕਰ ਲਏ ਅਤੇ ਨਾਲੇ ਉਹਦਾ ਕੋਈ ਫਾਇਦਾ ਨਾ ਹੋਵੇ। ਇਹੋ ਜਿਹੀਆਂ ਚੀਜ਼ਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ। ਆਪਣੇ ਆਪ ਹੀ ਸਾਡੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਅਸੀਂ ਬਿਨਾਂ ਕਾਰਨ ਜਾਣੇ ਕਿਸੇ ਨੂੰ ਕੋਈ ਸਲਾਹ ਨਾ ਦਈਏ। ਸੋ ਠੀਕ ਹੈ ਜੀ, ਇੰਨੀ ਕੀ ਗੱਲ ਕਰਦੇ ਹਾਂ ਇਸ ਵੀਡੀਓ 'ਚ। ਅਗਲੀ ਵੀਡੀਓ ਤੱਕ ਇਹ ਮੈਨੂੰ ਲੱਗਦਾ ਨਿਸਰਨ ਲੱਗ ਜੂ, ਉਦੋਂ ਆਪਾਂ ਦੇਖਾਂਗੇ ਫਿਰ ਕੀ ਫਰਕ ਹੈਗਾ ਦੋਨਾਂ ਫਸਲਾਂ ਦੇ ਵਿੱਚ, ਇਹਨਾਂ ਦੀਆਂ ਵਰਾਇਟੀਆਂ 'ਚ। ਅਤੇ ਤਦ ਤੱਕ ਤੁਸੀਂ ਆਪਣੀ ਫਸਲਾਂ ਦੀ ਸੰਭਾਲ ਰੱਖੋ ਅਤੇ ਆਪਣੇ ਹਿਸਾਬ ਦੇ ਨਾਲ ਪ੍ਰੈਕਟਿਸ ਜਿਹੜੀਆਂ ਹੈਗੀਆਂ ਨੇ ਖੇਤਾਂ ਦੇ ਵਿੱਚ ਉਹ ਕਰੋ। ਸੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਸਾਰਿਆਂ ਦਾ।